ਪਟਿਆਲੇ ਤੋਂ ਬੜਾ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪਟਿਆਲੇ ਚੌਕਲੇਟ ਖਾਣ ਨਾਲ ਬੱਚੀ ਬਿਮਾਰ ਹੋ ਜਾਂਦੀ ਹੈ। 1.5 ਸਾਲ ਦੀ ਬੱਚੀ ਦੀ ਚੌਕਲੇਟ ਖਾਣ ਨਾਲ ਤਬੀਅਤ ਖਰਾਬ ਹੋ ਜਾਂਦੀ ਹੈ। ਐਕਸਪਾਇਰੀ ਚੌਕਲੇਟ ਖਾਣ ਨਾਲ ਉਸ ਬੱਚੀ ਦੀ ਹਾਲਤ ਵਿਗੜ ਜਾਂਦੀ ਹੈ। ਤੁਰੰਤ ਉਸਨੂੰ ਲੁਧਿਆਣੇ ਦੇ DMC ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲੁਧਿਆਣੇ ਤੋਂ ਪਟਿਆਲੇ ਵਿੱਚ ਇਹ ਬੱਚੀ ਆਪਣੇ ਪਰਿਵਾਰ ਨਾਲ ਰਿਸ਼ਤੇਦਾਰ ਦੇ ਘਰ ਮਿਲਣ ਹੋਈ ਸੀ ਅਤੇ ਉਹ ਚੌਕਲੇਟ ਖਾਣ ਦੀ ਮੰਗ ਕਰਦੀ ਹੈ, ਤਾਂ ਉਹ ਚੌਕਲੇਟ ਜੋ ਕਿ 6 ਮਹੀਨੇ ਪਹਿਲਾਂ ਹੀ ਐਕਸਪਾਇਰ ਹੋ ਚੁੱਕੀ ਹੁੰਦੀ ਹੈ। ਸਿਹਤ ਵਿਭਾਗ ਟੀਮ ਨੇ ਦੁਕਾਨ 'ਤੇ ਰੇਡ ਮਾਰ ਕੇ ਉਸਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜੋ ਦੇਖਣ 'ਚ ਵੀ ਆ ਰਿਹਾ ਜੀ ਸਮਾਨ ਜਿਹੜਾ ਐਕਸਪਾਇਰੀ ਡੇਟ ਦਾ ਪਿਆ, ਚਾਹੇ ਚੌਕਲੇਟ ਹੈ ਚਾਹੇ ਨਮਕੀਨ ਨੇ ਜੀ, ਕੀ ਕਾਰਵਾਈ ਕਰੋਗੇ ਜੀ ਫਿਰ? ਲਗਾਤਾਰ ਹੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ। ਕੁਝ ਦਿਨ ਪਹਿਲੇ ਕੇਕ ਦੇ ਮਾਮਲੇ ਨੂੰ ਵੀ ਲੈ ਕੇ ਇਸੇ ਤਰ੍ਹਾਂ ਹੋਇਆ, ਨਿਊਜ਼ ਚੈਨਲ ਤੁਹਾਡੇ ਲਈ ਲੈ ਕੇ ਆ ਰਿਹਾ ਹੈ ਆਵਾਜ਼ ਆਵਾਮ ਦੀ, ਜਿਸ ਰਾਹੀਂ ਤੁਸੀਂ ਆਪਣੇ ਹੱਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ। ਬੇਖੌਫ, ਬੇਝਿਜਕ, ਬੇਡਰ, ਤੁਹਾਡੇ ਹੱਕਾਂ ਦੀ ਰਾਖੀ ਲਈ ਹਰ ਪਲ ਹਰ ਵਕਤ ਤੁਹਾਡੇ ਨਾਲ ਹੈ ਪੰਜਾਬ ਦਾ ਬੇਤੜਕ ਨਿਤੜਕ ਇੱਕ ਨਿਊਜ਼ ਚੈਨਲ, ਤਹਿਲਕਾ ਨਿਊਜ਼, ਤਹਿਲਕਾ ਨਿਊਜ਼, ਤਹਿਲਕਾ ਨਿਊਜ਼।